ਦੇ ਵਿੱਚੋਂ ਇੱਧਰ ਦਿਖਾ ਵੀਰੇ ਮੱਕੀ ਦੇ ਵਿੱਚ ਤੁਸੀਂ ਐਂ ਦੇਖੋ ਜੀ ਸਾਰੇ ਕੱਖ ਚੱਕਦੇ ਜਿੱਥੇ ਜਿੱਥੇ ਸਪਰੇਅ ਪੈ ਗਈ ਉੱਥੇ ਭੋਰਾ ਕੱਖ ਨਹੀਂ ਛੱਡਿਆ ਸਪਰੇਅ ਸ਼ੌਂਕ ਨਾਲ ਕਰਨੀ ਆ ਵੀਰੇ ਵਧੀਆ ਕਰਨੀ ਆ ਦੇਖੋ ਕਿੰਨੇ ਜ਼ਿਆਦਾ ਕੱਖ ਸੀ ਇੱਥੇ ਸਾਰੇ ਕੱਖ ਮਰਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਮੇਰੇ ਵੀਰ ਭੈਣ ਭਰਾਵਾਂ ਨੂੰ ਵੀਰ ਜੀ ਸਤਿ ਸ਼੍ਰੀ ਅਕਾਲ ਨਮਸਕਾਰ ਵੀਰ ਜੀ ਆਪਾਂ ਅੱਜ ਤੋਂ 3 ਦਿਨ ਪਹਿਲਾਂ ਆਪਾਂ ਵੀਡੀਓ ਬਣਾਈ ਸੀ 3-4 ਦਿਨ ਪਹਿਲਾਂ ਮੱਕੀ ਦੇ ਉੱਤੇ ਮੱਕੀ ਬਾਰੇ ਜਾਣਕਾਰੀ ਦਿੱਤੀ ਸੀ ਉਦੋਂ ਆਪਾਂ ਇੱਥੇ ਸੰਦੀਪ ਦੇ ਫਾਰਮ ਤੇ ਸਪਰੇਅ ਕਰਦੇ ਸੀਗੇ ਕੱਖਾਂ ਵਾਲੀ ਆ ਦੇਖੋ ਹੁਣ ਜਿਵੇਂ ਸਪਰੇਅ ਕਰੀ ਜਾਂਦੇ ਨੇ ਮੱਕੀ ਤੇ ਪੈਂਦੀ ਆ ਸਪਰੇਅ ਕੱਖਾਂ ਤੇ ਪੈਣੀ ਚਾਹੀਦੀ ਹੈ ਮੱਕੀ ਨੂੰ ਕੋਈ ਨੁਕਸਾਨ ਨਹੀਂ ਕੱਖ ਨਹੀਂ ਰਹਿਣੇ ਇਹਦੇ ਵਿੱਚ ਦੇਖੋ ਤੁਸੀਂ ਜਦੋਂ ਆਪਾਂ ਕੱਖ ਖਤਮ ਕਰਦੇ ਮੱਕੀ ਦੇ ਵਿੱਚੋਂ ਫਿਰ ਆਪਣੀ ਮੱਕੀ ਪੂਰੀ ਗਰੋਥ ਕਰੂ ਫਿਰ ਮੱਕੀ ਨਹੀਂ ਰੁਕਦੀ ਫਿਰ ਪੂਰਾ ਝਾੜ ਦਿਓ ਮੱਕੀ ਆਪਾਂ ਨੂੰ ਹੁਣ ਜੇ ਦੁਬਾਰੇ ਯੂਰੀਆ ਪਾਇਆ ਇਹਦੇ ਨਾਲ ਕੱਖਾਂ ਨੂੰ ਫਿਰ ਲੱਗ ਜਾਂਦਾ ਫਿਰ ਕੱਖ ਵੱਧ ਜਾਂਦਾ ਹੁਣ ਸਪਰੇਅ ਨਾਲ ਸਾਰੇ ਕੱਖ ਮਰ ਜਾਣਗੇ ਜੀ ਬਹੁਤ ਜ਼ਰੂਰੀ ਆ ਇਸ ਨਾਲ ਸ਼ੌਂਕ ਨਾਲ ਸਪਰੇਅ ਢੋਲੀ ਨਾ ਕਰੋ ਵੀਰੇ ਕੱਖ ਸਾਰੇ ਮਰ ਜਾਣ ਜਿਹਦੇ ਨਾਲ ਇੰਜਰ ਸਪਰੇਅ ਸੀਗੀ ਵਾਸਫ ਕੰਪਨੀ ਦੀ ਉਹ ਆਪਾਂ ਕਰੀ ਸੀ ਉਹ ਮੈਂ ਤੁਹਾਨੂੰ ਵੀਡੀਓ 'ਚ ਵੀ ਦੱਸਿਆ ਸੀ ਜਿੱਦੇ ਆਪਣੇ ਕੱਖਾਂ ਦਾ ਮਾਰਤੇ ਉਹਨੇ ਰਿਜ਼ਲਟ ਦਿੱਤਾ ਉਹਦੇ ਆਪਾਂ ਤੁਹਾਨੂੰ ਫਿਰ ਵੀਡੀਓ ਕਲਿੱਪ ਬਣਾ ਕੇ ਦਿਖਾਵਾਂਗੇ ਆਹ ਦੇਖੋ ਜੀ ਅੱਜ ਆਪਾਂ ਤੁਹਾਨੂੰ ਦਿਖਾਉਣੇ ਆ ਲਵੀ ਕੱਖਾਂ ਦੀ ਸਪਰੇਅ ਕਰੀ ਸੀ ਅੱਜ 4th ਦਿਨ ਆ ਦੇਖੋ ਕਿਵੇਂ ਕੱਖ ਮਾਰੇ ਆ ਜੀ ਆਹ ਦੇਖੋ ਜੀ ਨਾ ਮੱਕੀ ਦੇ ਵਿੱਚੋਂ ਇੱਧਰ ਦਿਖਾ ਵੀਰੇ ਮੱਕੀ ਦੇ ਵਿੱਚ ਤੁਸੀਂ ਐਂ ਦੇਖੋ ਜੀ ਸਾਰੇ ਕੱਖ ਚੱਕਦੇ ਜਿੱਥੇ ਜਿੱਥੇ ਸਪਰੇਅ ਪੈ ਗਈ ਉੱਥੇ ਭੋਰਾ ਕੱਖ ਨਹੀਂ ਛੱਡਿਆ ਸਪਰੇਅ ਸ਼ੌਂਕ ਨਾਲ ਕਰਨੀ ਆ ਵੀਰੇ ਵਧੀਆ ਕਰਨੀ ਆ ਦੇਖੋ ਕਿੰਨੇ ਜ਼ਿਆਦਾ ਕੱਖ ਸੀ ਇੱਥੇ ਸਾਰੇ ਕੱਖ ਮਰਤੇ ਹੁਣ ਇਹ ਕੱਖ ਦੁਬਾਰੇ ਨਹੀਂ ਉੱਠਦੇ ਜਮ੍ਹਾਂ ਖਤਮ ਹੋ ਜਾਣਗੇ ਵੀਰੇ ਨੈਕਸਟ ਈਅਰ ਵੀ ਨਹੀਂ ਹੁੰਦੇ ਇੱਥੇ ਮੋਸਟਲੀ ਕੱਖ ਕਿਉਂ ਇਹਦਾ ਬੀਜ ਨਹੀਂ ਬਣਿਆ ਸੀ ਪਹਿਲਾਂ ਹੀ ਕੱਖ ਖਤਮ ਹੋ ਚੁੱਕੇ ਆ ਬਹੁਤ ਵਧੀਆ ਵੀਰ ਜੀ ਕੱਖ ਤਾਂ ਮਾਰੀ ਮਾਰਿਆ ਦੇਖੋ ਮੱਕੀ ਦੇ ਵਿੱਚ ਦੂਜੀ ਜਿਹੜੀ ਮੇਨ ਗੱਲ ਆ ਆਹ ਛੋਟੇ ਬੂਟੇ ਵੀ ਆ ਵਿੱਚ ਮੱਕੀ ਦੇ ਜਿਹੜੇ ਆ ਛੋਟੇ ਬੂਟੇ ਇਹਨਾਂ 'ਤੇ ਵੀ ਨਹੀਂ ਕੋਈ ਅਸਰ ਕਰਿਆ ਸਪਰੇਅ ਨੇ ਵੱਡੇ ਬੂਟਿਆਂ 'ਤੇ ਵੀ ਨਹੀਂ ਕੋਈ ਅਸਰ ਕਰਿਆ ਆਪਾਂ ਨੂੰ ਮੇਨ ਇਹੀ ਡਰ ਹੁੰਦਾ ਲੈ ਵੀ ਸਪਰੇਅ ਕਿਤੇ ਮੱਕੀ 'ਤੇ ਅਸਰ ਨਾ ਕਰੇ ਯਾਰ ਸਾਰਿਆਂ ਨੂੰ ਮੇਨ ਆਪਣਾ ਡਰ ਹੁੰਦਾ ਲੈ ਵੀ ਕਿਤੇ ਸਪਰੇਅ ਮੱਕੀ ਦੇ ਉੱਪਰ ਨਾ ਅਸਰ ਕਰ ਜੇ ਹੁਣ ਮੱਕੀ ਦੇਖੋ ਕਿੰਨੀ ਵਧੀਆ ਖੜੀ ਆ ਸਾਰੀ ਦੇ ਸਪਰੇਅ ਹੋਈ ਹੋਈ ਆ ਕੋਈ ਇਫੈਕਟ ਨਹੀਂ ਹੋਇਆ ਮੱਕੀ ਦੇ ਉੱਤੇ ਸਾਰੇ ਮੇਰੇ ਵੀਰਾਂ ਨੂੰ ਬੇਨਤੀ ਆ ਆਪਣੀ ਵਰਤੀ ਹੋਈ ਸਪਰੇਅ ਆ ਵਧੀਆ ਰਿਜ਼ਲਟ ਲਓ ਵਧੀਆ ਸਪਰੇਅ ਕਰੋ ਹੁਣ ਵੀਰ ਜੀ ਵੀਡੀਓ ਐਂਡ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।